ਅੰਮ੍ਰਿਤਪਾਲ ਦੇਖੋ ਜੀ, ਮੈਂ ਤਾਂ ਉਹਨੂੰ ਕ੍ਰਿਮੀਨਲ ਮੰਨਦਾ, ਮੈਂ ਉਹਨੂੰ ਪੰਥਕ ਲੀਡਰ ਨਹੀਂ ਮੰਨਦਾ। ਪੁਲਿਸ ਸਟੇਸ਼ਨ 'ਚ ਜਾ ਕੇ ਪੁਲਿਸ ਵਾਲੇ ਜ਼ਖਮੀ ਕਰਤੇ, ਪੱਤਰਕਾਰ ਜ਼ਖਮੀ ਕਰਤੇ, ਗੁਰੂ ਗੋਬਿੰਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ, ਮੈਂ ਉਸ ਨੂੰ ਠੀਕ ਵਿਅਕਤੀ ਨਹੀਂ ਮੰਨਦਾ। ਔਰ ਜਥੇਦਾਰ ਸਾਹਿਬ ਨੇ ਉਹਨੂੰ ਕਿਹਾ ਕਿ ਕਾਨੂੰਨ ਦੇ ਸਾਹਮਣੇ ਜਾਓ, ਆਪਣੇ ਆਪ ਨੂੰ ਪੇਸ਼ ਕਰੋ, ਉਹ ਵੀ ਨਹੀਂ ਉਹਨੇ ਕੀਤਾ। ਔਰ ਉਸ ਤੋਂ ਬਾਅਦ ਫਿਰ ਵੀਡੀਓ ਜਾਰੀ ਕਰ ਰਿਹਾ, ਫਿਰ ਜਥੇਦਾਰ ਸਾਹਿਬ ਨੂੰ ਅਪੀਲ ਕਰ ਰਿਹਾ। ਇਹ ਅੰਮ੍ਰਿਤਪਾਲ ਇੱਕ ਬੁਰਾਈ ਹੈ ਜਿਹੜੀ ਪੈਦਾ ਹੋ ਰਹੀ ਆ ਸਾਡੇ ਯੂਥ ਨੂੰ ਗਲਤ ਰਸਤਾ ਦੇਣ ਲਈ। ਔਰ ਜਿਹੜਾ ਇਹ ਕਹਿੰਦਾ ਕਿ ਇੱਥੇ ਸਿੱਖਾਂ ਨੂੰ ਖਤਰਾ, ਕੋਈ ਖਤਰਾ ਨਹੀਂ। ਔਰ ਜਿਹੜਾ ਸਿੱਖਾਂ ਨਾਲ ਭੇਦਭਾਵ ਹੋ ਰਿਹਾ, ਜਿਹੜਾ ਵੀ ਇਹ ਬੋਲ ਰਿਹਾ ਉਹ ਦੇਸ਼ ਵਿਰੋਧੀ ਆ, ਸਮਾਜ ਵਿਰੋਧੀ ਆ, ਮੈਂ ਇਹ ਸਾਫ਼ ਕਹਿਣਾ। ਸੋਸ਼ਲ ਮੀਡੀਆ ਤੇ ਅੰਮ੍ਰਿਤਪਾਲ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ, ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨਹੀਂ ਹੋਈ ਪੰਜਾਬ ਪੁਲਿਸ ਦੇ ਵੱਲੋਂ, ਅਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਹੀ ਦਾਅਵਾ ਕੀਤਾ ਜਾ ਰਿਹਾ ਸੀ। ਅਤੇ ਦੂਜੇ ਪਾਸੇ ਅੰਮ੍ਰਿਤਪਾਲ ਦੇ ਸਮਰਥਕਾਂ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਪਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਜਾਣ ਬੁੱਝ ਕੇ ਇਸ ਨੂੰ ਲੁਕਾ ਰਹੀ ਹੈ। ਜਿਸ ਤੋਂ ਬਾਅਦ ਕੁਝ ਤਸਵੀਰਾਂ ਵੀ ਵਾਇਰਲ ਹੁੰਦੀਆਂ ਨੇ, ਉਹਨਾਂ ਨੂੰ ਵੀ ਕੁਝ ਲੋਕਾਂ ਦੇ ਵੱਲੋਂ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਅਤੇ ਉਹਨਾਂ ਨੂੰ ਫੇਕ ਵੀਡੀਓ ਜਾਂ ਜਾਲੀ ਤਸਵੀਰਾਂ ਕਹਿ ਕੇ ਖਾਰਜ ਕਰ ਦਿੱਤਾ ਜਾਂਦਾ ਹੈ। ਪਰ ਜੋ ਕੁਝ ਹੁਣ ਅੱਜ ਇੱਕ ਵੀਡੀਓ ਸਾਹਮਣੇ ਆਉਂਦੀ ਅੰਮ੍ਰਿਤਪਾਲ ਦੀ ਵੀਡੀਓ ਦਾ ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਗੱਲਾਂ ਦੇ ਨਾਲ ਉਹ ਬਿਲਕੁਲ ਸਹਿਮਤ ਨਹੀਂ। ਹੋਰ ਕੀ ਕੁਝ ਕਿਹਾ ਉਹਨਾਂ ਨੇ, ਆਓ ਤੁਸੀਂ ਵੀ ਸੁਣੋ। ਗਰੇਵਾਲ ਸਾਹਿਬ ਜੀ, ਕੀ ਲੱਗਦਾ ਤੁਹਾਨੂੰ ਕਿ ਅੱਜ ਅੰਮ੍ਰਿਤਪਾਲ ਦੇ ਵੱਲੋਂ ਵੀਡੀਓ ਜਾਰੀ ਕਰਕੇ ਜੋ ਕੁਝ ਕਿਹਾ ਗਿਆ, ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ? ਅੰਮ੍ਰਿਤਪਾਲ ਦੇਖੋ ਜੀ, ਮੈਂ ਤਾਂ ਉਹਨੂੰ ਕ੍ਰਿਮੀਨਲ ਮੰਨਦਾ, ਮੈਂ ਉਹਨੂੰ ਪੰਥਕ ਲੀਡਰ ਨਹੀਂ ਮੰਨਦਾ ਜੀ। ਔਰ ਨਾ ਹੀ ਉਹ ਹੈਗਾ ਜੋ ਕਹਿੰਦਾ ਕਿ ਮੈਂ ਇੰਡੀਅਨ ਨੈਸ਼ਨਲ ਨਹੀਂ ਹੈਗਾ, ਜੋ ਕਹਿੰਦਾ ਕਿ ਮੈਂ ਇਸ ਦੇਸ਼ ਦੇ ਕਾਨੂੰਨ 'ਚ ਮੈਨੂੰ ਕੋਈ ਵਿਸ਼ਵਾਸ ਨਹੀਂ, ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ। ਔਰ ਜਿਸਨੇ ਪੁਲਿਸ ਸਟੇਸ਼ਨ 'ਚ ਜਾ ਕੇ ਪੁਲਿਸ ਵਾਲੇ ਜ਼ਖਮੀ ਕਰਤੇ, ਪੱਤਰਕਾਰ ਜ਼ਖਮੀ ਕਰਤੇ, ਗੁਰੂ ਗੋਬਿੰਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ, ਮੈਂ ਉਸ ਨੂੰ ਠੀਕ ਵਿਅਕਤੀ ਨਹੀਂ ਮੰਨਦਾ। ਔਰ ਜਥੇਦਾਰ ਸਾਹਿਬ ਨੇ ਉਹਨੂੰ ਕਿਹਾ ਕਿ ਕਾਨੂੰਨ ਦੇ ਸਾਹਮਣੇ ਜਾਓ, ਆਪਣੇ ਆਪ ਨੂੰ ਪੇਸ਼ ਕਰੋ, ਉਹ ਵੀ ਨਹੀਂ ਉਹਨੇ ਕੀਤਾ। ਔਰ ਉਸ ਤੋਂ ਬਾਅਦ ਫਿਰ ਵੀਡੀਓ ਜਾਰੀ ਕਰ ਰਿਹਾ, ਫਿਰ ਜਥੇਦਾਰ ਸਾਹਿਬ ਨੂੰ ਅਪੀਲ ਕਰ ਰਿਹਾ। ਮੈਂ ਸਮਝਦਾ ਕਿ ਜਥੇਦਾਰ ਸਾਹਿਬ ਨੂੰ ਸੰਯਮ ਤੋਂ ਕੰਮ ਲੈ ਕੇ ਔਰ ਸਰਕਾਰ ਦਾ ਸਾਥ ਦੇਣਾ ਚਾਹੀਦਾ। ਪੰਜਾਬ ਦੇ ਪੂਰੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਸਰਕਾਰ ਦਾ ਸਾਥ ਦਿਓ। ਇਹ ਅੰਮ੍ਰਿਤਪਾਲ ਇੱਕ ਬੁਰਾਈ ਹੈ ਜਿਹੜੀ ਪੈਦਾ ਹੋ ਰਹੀ ਆ ਸਾਡੇ ਯੂਥ ਨੂੰ ਗਲਤ ਰਸਤਾ ਦੇਣ ਲਈ, ਔਰ ਇਸ ਦੇ ਖਿਲਾਫ਼ ਖੜੇ ਹੋਣਾ ਚਾਹੀਦਾ ਔਰ ਡਟ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ। ਔਰ ਕਾਨੂੰਨ ਦਾ ਰਾਜ ਸਥਾਪਿਤ ਹੋਣਾ ਚਾਹੀਦਾ। ਔਰ ਜਿਹੜਾ ਇਹ ਕਹਿੰਦਾ ਕਿ ਇੱਥੇ ਸਿੱਖਾਂ ਨੂੰ ਖਤਰਾ, ਕੋਈ ਖਤਰਾ ਨਹੀਂ। ਔਰ ਜਿਹੜਾ ਸਿੱਖਾਂ ਨਾਲ ਭੇਦਭਾਵ ਹੋ ਰਿਹਾ, ਜਿਹੜਾ ਵੀ ਇਹ ਬੋਲ ਰਿਹਾ ਉਹ ਦੇਸ਼ ਵਿਰੋਧੀ ਆ, ਸਮਾਜ ਵਿਰੋਧੀ ਆ, ਮੈਂ ਇਹ ਸਾਫ਼ ਕਹਿਣਾ। ਔਰ ਕੋਈ ਜਿੱਥੇ ਸਿੱਖਾਂ ਨੂੰ ਸਿੱਖੀ ਨੂੰ ਖਤਰਾ, ਜਿੱਥੇ ਖਾਲਸਾ ਤੇ ਹਮਲੇ ਹੋ ਰਹੇ ਆ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਸੁਰੱਖਿਅਤ ਨਹੀਂ ਹੈ, ਕਿੰਨੀਆਂ ਭੀੜਾਂ ਅਫਗਾਨਿਸਤਾਨ ਤੋਂ ਆਈਆਂ ਨੇ, ਪਾਕਿਸਤਾਨ 'ਚ ਕੀ ਹੋ ਰਿਹਾ, ਸਿੱਖਾਂ ਦੀਆਂ ਬਹੂ ਬੇਟੀਆਂ ਨੂੰ ਖੋਹ ਲੈਂਦੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਇਸਲਾਮ ਕਬੂਲ ਕਰਵਾ ਲੈਂਦੇ ਆ, ਫਿਰ ਜਬਰੀ ਉਹਨਾਂ ਨਾਲ ਨਿਕਾਹ ਕਰਵਾ ਲੈਂਦੇ ਆ, ਪ੍ਰਾਪਰਟੀਆਂ 'ਤੇ ਕਬਜ਼ੇ ਕਰ ਲੈਂਦੇ ਆ। ਜਦੋਂ ਉੱਥੋਂ ਅਫਗਾਨਿਸਤਾਨ ਔਰ ਪਾਕਿਸਤਾਨ ਤੋਂ ਸਿੱਖ ਆਉਂਦੇ ਆ, ਉਹ ਏਅਰਪੋਰਟ 'ਤੇ ਆ ਕੇ ਸਭ ਤੋਂ ਪਹਿਲਾਂ ਇਹ ਕਹਿੰਦੇ ਆ ਕਿ ਅਸੀਂ ਸਵਰਗ 'ਚ ਆ ਗਏ, ਆਪਣੇ ਦੇਸ਼ 'ਚ ਆ ਗਏ, ਹਾਲਾਂਕਿ ਨਾਗਰਿਕ ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਆ। ਇਸ ਕਰਕੇ ਜਿੱਥੇ ਖਤਰਾ ਹੈਗਾ ਉੱਥੇ ਕੋਈ ਬੋਲਦਾ ਨਹੀਂ ਹੈ, ਇੱਥੇ ਲੋਕਤੰਤਰ ਆ, ਕਿਸੇ ਨੂੰ ਕੋਈ ਖਤਰਾ ਨਹੀਂ, ਸਭ ਨਾਲ ਬਰਾਬਰੀ ਦਾ ਵਿਵਹਾਰ ਆ। ਜਿਹੜਾ ਕ੍ਰਿਮੀਨਲ ਆ ਉਹਦੇ ਨਾਲ ਕ੍ਰਿਮੀਨਲ ਵਾਲਾ ਹੀ ਸਲੂਕ ਹੋਏਗਾ, ਔਰ ਜਿਹੜਾ ਸਹੀ ਰਸਤੇ ਤੇ ਚੱਲ ਰਿਹਾ ਸਿੱਖ, ਜਿੱਥੇ ਜਿੱਥੇ ਵੀ ਖਾਲਸਾ ਹੈਗਾ ਦੁਨੀਆਂ ਦੇ ਅੰਦਰ, ਉੱਥੇ ਸਰਕਾਰਾਂ 'ਚ ਵੀ ਬੈਠੇ ਆ, ਉੱਥੋਂ ਦੇ ਕਾਨੂੰਨ ਦਾ ਵੀ ਪਾਲਣ ਕਰਦੇ ਆ, ਉੱਥੋਂ ਦੀ ਮਰਿਆਦਾ ਦਾ ਵੀ ਪਾਲਣ ਕਰਦੇ ਆ। ਇਹ ਖਾਲਸਾ ਦੀ ਇੱਕ ਖੂਬਸੂਰਤੀ ਆ, ਇਸ ਕਰਕੇ ਇਹ ਗਲਤ ਰਸਤੇ ਪਾਉਂਦੇ ਆ ਔਰ ਗਲਤ ਸਾਡੀ ਯੂਥ ਨੂੰ, ਔਰ ਯੂਥ ਦਾ ਨੁਕਸਾਨ ਜਿਸ ਤਰ੍ਹਾਂ ਪਹਿਲਾਂ ਕਰਵਾਇਆ ਸੀ ਫਿਰ ਕਰਵਾਉਣਾ ਚਾਹੁੰਦੇ ਆ। ਇਹਨਾਂ ਨੂੰ ਇਸ ਵਿਚਾਰਧਾਰਾ ਨੂੰ ਡਿਸਕਰੇਜ ਕਰਨਾ ਚਾਹੀਦਾ, ਇਹੋ ਜਿਹੇ ਲੋਕਾਂ ਨੂੰ ਡਿਸਕਰੇਜ ਕਰਨਾ ਚਾਹੀਦਾ। ਮੇਰੀ ਇਹੀ ਅਪੀਲ ਆ ਪੰਜਾਬ ਦੇ ਲੋਕਾਂ ਨੂੰ। ਜੀ ਗਰਵਾਲ ਸਾਹਿਬ, ਜਿੱਥੇ ਉਹਨਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਵਿਸਾਖੀ ਦੇ ਮੌਕੇ ਦੇ ਉੱਤੇ ਕਹਿੰਦੇ ਸਰਬੱਤ ਖਾਲਸਾ ਸੱਦਣ, ਕਹਿੰਦੇ ਜੀ, ਇਸ ਨੂੰ ਤੁਸੀਂ ਕਿਵੇਂ ਬੀਜੇਪੀ ਪਾਰਟੀ ਕਿਵੇਂ ਵੇਖਦੀ ਹੈ ਜੀ? ਨਹੀਂ, ਅਸੀਂ ਦੇਖੋ ਸਰਬੱਤ ਖਾਲਸਾ ਸੱਦਣਾ ਜਾਂ ਨਹੀਂ ਸੱਦਣਾ, ਪਰ ਜਥੇਦਾਰ ਸਾਹਿਬ ਨੂੰ ਇਹ ਕਹਾਂਗੇ, ਜਿਹੜਾ ਇੱਥੋਂ ਦਾ ਨਾ ਤਾਂ ਕਾਨੂੰਨ ਟੁੱਟੇ ਔਰ ਨਾ ਹੀ ਯੂਥ ਨੂੰ ਗਲਤ ਰਸਤਾ ਮਿਲੇ, ਉਹ ਕੰਮ ਕਰਨਾ ਚਾਹੀਦਾ। ਔਰ ਜਥੇਦਾਰ ਸਾਹਿਬ ਨੂੰ ਇਹੀ ਅਪੀਲ ਆ ਕਿ ਸਰਕਾਰ ਦਾ ਸਾਥ ਦਿਓ ਔਰ ਅਮਨ ਕਾਨੂੰਨ ਤੇ ਭਾਈਚਾਰਕ ਸਾਂਝ ਪੰਜਾਬ ਦੀ ਬਣੀ ਰਹੇ, ਉਸ ਨੂੰ ਕਾਇਮ ਰੱਖੋ, ਕਿਉਂਕਿ ਜਦੋਂ ਬੜੀਆਂ ਪੋਜੀਸ਼ਨਾਂ ਤੇ ਲੋਕ ਬੈਠਦੇ ਆ ਉਹਨਾਂ ਨੂੰ ਮਰਿਆਦਾ ਦਾ ਵੀ ਪਾਲਣ ਕਰਨਾ ਹੁੰਦਾ, ਸੰਯਮ 'ਚ ਰਹਿ ਕੇ ਗੱਲ ਕਰਨੀ ਹੁੰਦੀ ਆ, ਬਹੁਤ ਸੋਚ ਵਿਚਾਰ ਨਾਲ ਕਰਨੀ ਹੁੰਦੀ ਆ। ਜਥੇਦਾਰ ਸਾਹਿਬ ਵੀ ਬਹੁਤ ਸੂਝਵਾਨ ਆ,
ਉਸੇ ਤਰ੍ਹਾਂ ਦੀ ਗੱਲ ਕਰਨਗੇ ਔਰ ਸਰਕਾਰ ਤੇ ਮੁੱਖ ਮੰਤਰੀ ਤੇ ਜਥੇਦਾਰ ਸਾਹਿਬ 'ਚ ਤਕਰਾਰ ਨਾ ਹੋਵੇ, ਆਪਸ 'ਚ ਇੱਕ ਦੂਜੇ ਨਾਲ ਸਲਾਹ ਮਸ਼ਵਰੇ ਨਾਲ ਕੰਮ ਚਲਾਉਣ, ਇਹ ਜ਼ਰੂਰੀ ਹੈ। ਸ਼ੁਕਰੀਆ ਗਰਵਰ ਸਾਹਿਬ, ਬਹੁਤ ਧੰਨਵਾਦ। ਸ਼ੁਕਰੀਆ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।